रिफ्यूजल ਦੇ ਵਿੱਚ ਪਹਿਲੇ ਇਹ ਹੁੰਦਾ ਹੈ ਕਿ ਫਿਕਸ ਹੋ ਗਿਆ ਕਿ ਕੁਝ ਬੰਦੇ ਜਿਹੜੇ ਤੁਸਾਂ ਡੀਓ ਲਿਸਟ ਫੋਰੈਂਸਿਕ ਨਾ ਦੇ ਵਿੱਚ ਰੱਖੇ ਸੋ ਉਸ ਨਾਲ ਨਾ ਹੈ ਕਿ ਬਾਕੀ ਜਿੰਨੇ ਵੀ ਬੰਦੇ ਹੈ ਮਤਲਬ ਰਿਫਿਊਜ਼ਲ ਜਿਹੜੀ ਆਸੀ ਨਾ ਉਹ ਤੁਸਾਂ ਮਤਲਬ ਐਜੂਕੇਸ਼ਨ ਡਿਪਾਰਟਮੈਂਟ ਚ ਕੋਈ ਵੀ ਰੱਖ ਸਕਦੇ ਤਾਂ ਅਸਾਂ ਉਹਨਾਂ ਦੇ ਵਿੱਚ ਜਿਹੜੀ ਵੀ ਪ੍ਰਾਇੋਰਟੀ ਬੇਸਿਸ ਤੇ ਹੁੰਦੇ ਅਸਾਂ ਉਹਨਾਂ ਦੇ ਮੁਤਾਬਕ ਕਰਦੇ ਹਾਂ ਨਹੀਂ ਕੋਈ ਸਿਫਾਰਸ਼ ਨਹੀਂ ਚਾਹ ਤਾਂ ਮੈਂ ਨਹੀਂ ਮਤਲਬ ਹੈ ਸਿਫਾਰਸ਼ ਚਾਹ ਤਾਂ ਮੈਂ ਨਹੀਂ ਨਾ ਉਹ ਬਾਕੀ 396 ਕਿਤਨੇ ਸਿਫਾਰਸ਼ੀ ਹੀ ਨਾ ਇਹਦਾ ਹਲਫ ਦਿਓ ਨਹੀਂ ਮੈਂ ਉਹ ਇੱਕ ਸਵਾਲ ਰੱਖਣਾ ਪੁੱਛਿਆ ਇਹਨਾਂ ਨੇ ਸਰ ਇਸ ਕਿਸਮ ਦਾ ਡਰਾ ਕੀਤਾ ਕਿ ਲਾਸਟ ਡੇ ਯਾਨੀ ਕਿ 14 ਤਾਰੀਖ ਨੂੰ ਡਰਾ ਕੀ ਨਾ ਪਿਆ ਜਿਹੜੀ ਪਹਿਲੀ ਲਿਸਟ ਆਈ ਉਹਨਾਂ ਨੇ ਮੈਂ ਉਹ ਹੀ ਦੱਸਿਆ ਨਾ ਸਰ ਇੱਕ ਮਿੰਟ ਸਰ ਜੀ ਉਹ ਤਾਂ ਮੈਂ ਸਰ 14 ਤਾਰੀਖ ਤੇ ਡਰਾ ਕੀ ਕਿ ਉਹ ਨਾ ਮਤਲਬ ਅਨਾਉਂਸ ਕਰਨੇ ਪੈਣ ਬੰਦੇ ਹਿੰਸ ਕੁਲਾਚੀ ਦੇ ਕਾਂਗ ਦੇ ਮਾਣਾ ਤੇ ਜੰਡੋਲਾ ਦੇ ਉਹ ਡਿਊਟੀ ਰਿਸੀਵ ਕਰਨ ਵਾਸਤੇ ਨਹੀਂ ਪਹੁੰਚੇ ਪੈ ਇਵੇਂ ਨਹੀਂ ਪਹੁੰਚੇ ਕਿ ਇਹਨਾਂ ਨੇ ਫੌਰਨ ਜਿਹੜਾ ਨੰਬਰ 4 ਤੋਂ ਲੈ ਕੇ 6 ਡਿਟ ਖਜੀ ਇਹ ਲੋ ਵਾਪਸ ਆ ਗਏ ਕਸਮ ਚਾਹ ਵਿੱਚ ਬੈਠੇ ਨੇ ਸਰ ਮੈਂ ਪੁੱਛਾਂ ਇੱਕ ਮਿੰਟ ਡਿਟ ਖਜੀ ਤੱਕ ਜਿਹੜਾ ਨੇ ਵਾਪਸ ਆ ਗਿਆ ਕਸਮ ਚਾਹ ਵਿੱਚ ਬੈਠੇ ਨੇ ਟੀਚਰਸ ਨੂੰ ਆਪੇ ਫੋਨ ਕਰਕੇ ਆਪੇ ਖਰਚ ਕਰਕੇ ਅਸਮ ਨੂੰ ਸਰੇ ਦੇ ਰਹੇ ਉਹਨਾਂ ਦੀ ਜਿਹੜਾ ਐਕਸੈਪਟੈਂਸ ਵੀ ਦੇ ਰਹੇ ਉਹਦੇ ਬਾਅਦ ਮੇਲ ਫੀਮੇਲ ਜਿਹੜੇ ਬਾਕੀ ਬਾਤਾਂ ਨੇ ਸਾਰੇ ਡਿਟ ਕੇ ਚਾਹ ਕੇ ਦੇ ਦੇ ਨੇ ਅਸਲ ਨੂੰ ਕਹਾ ਹੈ ਕਿ ਜਿਹੜਾ ਜਿਹੜੇ ਟੀਚਰ ਸੀ ਨੂੰ ਰਿਸੀਵ ਕਰੇ ਮੇਰੇ ਕੋਲ ਹੁਣ ਮੈਸੇਜ ਆਇਆ ਕਿ ਕਾਮ ਦੀ ਫੀਮੇਲ ਟੀਚਰ ਹੈ ਡਿਊਟੀ ਮੰਗਦੀ ਪਈ ਮੈਂ ਸਵੇਰੇ ਕੋਲੋਂ ਡਿਊਟੀ ਮੰਗਦਾ ਪਿਆ ਮੈਂ ਇਹ ਤਾਂ ਭਿਜਾਈਏ ਬਲਾਉਂ ਦੀ ਡਿਊਟੀ ਨਹੀਂ ਮਿਲੀ ਤੁਸਾਂ ਨੂੰ ਪਹੁੰਚਾ ਕੇ ਦਿਓ ਨਾ ਸਾਰੀ ਕਾਮ ਦੇ ਵਿੱਚ ਤੁਸੀਂ ਹਰ ਸ਼ਾਇਦ ਪਹੁੰਚਾ ਕੇ ਦੇ ਦੇਣੇ ਸਰ ਜੀ ਅਸੀਂ ਨਵਾਬੇ ਇਹ ਉਹਨਾਂ ਦੀ ਸਾਧ ਤੇ ਆਪੇ ਸਿਫਾਰਸ਼ੀ ਬੰਦੇ ਜੇ ਆਦੇ ਮੈਂ ਉਹਨਾਂ ਨੂੰ ਲਾਂਦੇ ਜੇ ਓਰੀਜਨਲ ਬੰਦੇ ਹਾਂ ਨੈਟ ਦੋਤੇ ਮੈਂ ਕਹਿ ਦਿੱਤੀ ਨਹੀਂ ਹੁਣੀ ਵੇ ਇਹਨਾਂ ਨੇ ਉਹਨਾਂ ਬੰਦਾ ਦੀ ਡਿਊਟੀ ਨਹੀਂ ਲਾਤੀ ਮਨ ਪਸੰਦ ਬੰਦੇ ਹੈ ਸਰ ਜੀ ਮੈਂ ਕੋਈ ਜਵਾਬ ਨਹੀਂ ਮੰਗੇ जवाब दे तो सवाल जो 400 बंद चार सिफारशी वाली अमीन है ठीक है फॉर एग्जांपल 396 ਦੇ ਵਿੱਚ ਕਿੰਨੇ ਸਿਫਾਰਸ਼ੀ ਕਿੰਨਾ ਮੈਰਿਟ ਹੈ ਜੀ ਬਿਲਕੁਲ ਆਰੋਪ ਜੀ ਬੁਰਾਨ ਕਰਾਂ ਮੈਂ ਉਹ ਕੋਈ ਗੱਲ ਕਰਾਂ ਜੇ ਮੈਂ ਕਰਾਂ ਬਿਲਕੁਲ ਕਿੰਨਾ ਤੁਹਾਡਾ ਕਰਾਂ ਅੱਛਾ ਬੁਰਾਨ ਨਿਕਲ ਤਾ ਮੈਂ ਬਾਤ ਕਰ ਲੈ ਸਰ ਗੱਲ ਤਾਂ ਕਿ ਮੈਂ ਤੇ ਨਿਕਲਾਂ ਅਬ ਤੂੰ ਕਹਿੰਦਾ ਮੈਂ ਨਿਕਲ ਤਾ ਨਿਕਾ ਰਿਹਾ ਬਸ ਹੈ ਮੈਂ ਨਿਕਾਲੇ ਕੋ ਤਰੀਕੇ ਵੀ ਆਤੇ ਹੈ ਆਪਰ ਠੀਕ ਹੈ ਨਾ ਇੱਕ ਕਮਰਾ ਵੀ ਬੰਦ ਹੈ ਦਰਵਾਜ਼ਾ ਵੀ ਬੰਦ ਹੈ ਅੱਛਾ ਮੈਂ ਦੇਖ ਰਿਹਾ ਕਿ ਯਾਰ ਤੂੰ ਬਚ ਜਾਓਗੇ ਜੀ ਬਚ ਕੇ ਨਹੀਂ ਜਾ ਰਿਹਾ ਕੋ ਅਬ ਇਹ ਪਾਣੋ ਤਾਂ ਪਤਾ ਕਿ ਮੈਂ ਤਾਂ ਬਿਲਕੁਲ ਇਹ ਕੁਰਾਨ ਤਰੀਕਾ ਦਸ ਮੁਕੱਦਸ ਜੀ ਕੁਰਾਨ ਦੇ ਮਿਲੋ ਇਹ ਹਰ ਇੱਕ ਕੁਰਾਨ ਹਾਂ ਜਿਹੜਾ ਡਰਾ ਕੀਤਾ ਨਾ 100% ਉਹ ਲਾਸ਼ ਕੀਤਾ ਹੈ ਅੱਛਾ ਮੈਂ ਇੱਕ ਗੱਲ ਹੈ ਤੂੰ ਨਾਲ ਆ ਗਈ ਆਸਿਮ ਦੀ ਮੈਂ ਗੱਲ ਜਵਾਬ ਦੇਣਾ ਪਿਆ ਅੱਛਾ ਦੀ ਗੱਲ ਜਵਾਬ ਦੇ ਨਹੀਂ ਮੈਂ ਇੱਕ ਮੇਰੀ ਗੱਲ ਜਵਾਬ ਜਾ ਹੇ ਮੇਰੇ ਕਾ ਬਿਲਕੁਲ ਜਿਹਦੇ ਵਿੱਚ ਡਰਾ ਦੇ ਬਾਅਦ ਜਿਹੜਾ ਡਰਾ ਠੀ ਗਈ ਹੈ ਉਹਦੇ ਬਾਅਦ 400 ਵਿੱਚੋਂ ਕਿੰਨੇ ਲੋਕ ਸਿਫਾਰਿਸ਼ ਦੇ ਲਗੇ ਚਾਹ ਤੇ ਦੂਸਰਾ ਪਹਿਲਾ ਹੈ ਨਹੀਂ ਡਰਾ ਦੇ ਨਾਮ ਕਿਤੇ ਬਦਲ ਗਿਆ ਡਰਾ ਦੇ ਬਾਅਦ ਜਿੰਨੇ ਸਾਰੇ ਕੋਲ ਹੁਣ ਮੈਂ ਕੋਈ ਕਿਤੇ ਦਾ ਪਤਾ ਕੋਈ ਨਹੀਂ ਦੂਸਰੇ ਨਾਲ ਜੇ ਪਤਾ ਨਹੀਂ ਇੱਕ ਡਰਾ ਥੀ ਵੈਦੇ ਉਹਦੇ ਵਿੱਚ ਅਸਾਂ ਕਿਤੇ ਰਿਫਿਊਜ਼ਲ ਆਇਆ ਨੇ ਰਿਫਿਊਜ਼ਲ ਤਕਰੀਬਨ ਸਾਰੇ ਕੋਲ ਅੱਧੇ ਰਿਫਿਊਜ਼ਲ ਆਇਆ 200 ਵਿੱਚ ਜਿਆ ਤੇ 200 ਬੰਦੇ ਆ ਰਹੇ 200 ਬੰਦੇ ਆ ਰਹੇ ਜਿਆ ਬਿਲਕੁਲ ਸਿਫਾਰਸ਼ੀ ਕਿਤੇ ਸਿਫਾਰਸ਼ੀ ਕੀ ਮਤਲਬ ਸਿਫਾਰਸ਼ੀ ਸਿਫਾਰਸ਼ੀ ਮੇਰੇ ਚਾਹ ਰਹੇ ਕਮੈਂਟ ਕੀਤਾ ਜਿਹੜੇ ਮੈਂ ਚਾਹ ਰਹੇ ਮਿਲੇ 50 ਦੇ ਕਰੀਬ ਹੋ ਸਕੇ 50 ਬਾਕੀ 200 ਕਿਆ ਰਹੇ ਬਾਕੀ 200 ਸਜੈਸਟ ਕੀ ਚਾਹ ਰਹੇ ਜੇ ਰਿਲੀਜ਼ ਸਾਰੇ ਕੋਲ 200 ਦੇ ਰਹੇ ਇਹਨੇ ਤੇ ਕੋਈ ਪੈਸਾ ਨਹੀਂ ਕੀਤਾ 1 ਰੁਪਿਆ ਲੈ ਕੇ ਦੋਵੇਂ ਨਾ 1 ਰੁਪਿਆ ਤਾਂ ਇਹ ਸ਼ਾਇਦ ਇਹ ਤਾਂ ਸ਼ਾਇਦ ਇਹ ਮੈਂ ਉਸ ਨੂੰ ਕਰਕੇ ਨਾ ਅਸਲ ਕੁਰਾਨੀ ਵੀ ਹੈ ਮੈਂ ਉਹਦੇ ਤੇ ਕੁਰਾਨ ਦੇ ਕੋਲ ਇਹ ਬੜੀ ਵੀਡੀਓ ਬਣਾ ਰਹੀ ਹੈ ਕਿ ਜਵਾਬ ਕਰ ਅਗਰ ਇਹ ਕਹਿ ਰਹੇ ਨੇ ਕਿ ਕੁਰਾਨ ਜਿਆ ਕੁਰਾਨ ਬਿਲਕੁਲ ਹੋ ਗਿਆ ਨਾ ਕਿ ਮੈਂ ਪੈਸੇ ਦੇ ਨਹੀਂ ਅੱਛੀ ਬਾਤ ਹੈ ਮੈਂ ਕਹਤਾ ਹੂੰ ਜੇ ਦੀ ਪਾਲਿਸੀ ਅਕਲੀ ਹੈ ਬਿਲਕੁਲ ਮੈਂ ਉਸ ਨੂੰ ਕਰਕੇ ਇਹ ਨਹੀਂ ਉਠਾਏਗਾ ਜੇ ਉੱਪਰ ਮੈਂ ਤੂੰ ਹੀ ਕਰ ਉਸ ਵਾਰ ਹਾਂ ਜੇ ਪਤਾ ਲੈ ਬਸ ਬਈ ਕਿਹੜੀ ਆ ਜਿਆ ਉਹਨਾਂ ਸ਼ਾਬਾਸ਼ ਲੁੱਡੀ ਮੁਗਾ ਮਾਰ ਲੋ ਤੋ ਪਈ ਹੋ ਰਿਹਾ ਨਾ ਸਾਰੇ ਕਹਿ ਰਹੇ ਨੇ ਕਿ ਪੈਸੇ ਦੇ ਰਹੇ ਹੈ ਇਹ ਤੇ ਮੇਰੇ ਕੁਰਾਨ ਆ ਦੇ ਨੇ ਤੋ ਸਮਝ ਲਓ ਕਿ ਨਹੀਂ ਦੇ ਰਹੇ ਕੁਰਾਨ ਤੋ ਕੁਰਾਨ ਦੀ ਮਾਰ ਤੋ ਖਾਏਗੇ ਉਹਨਾਂ ਬਹੁਤ ਹੀ ਕੋ ਅੱਲਾਹ ਤਾਲਾ ਨੇ ਸੀ ਵੀ ਉਹ ਜਾਣ ਕੇ ਹਿਸਾਬ ਕਰਨਾ ਹੈ आपको आर्ट बोर्ड्स में किसी भी कटोरा के साथ आपका रब्ता नहीं होता आपको पता नहीं है कि लोग क्या क्या काम करते हैं किस हद तक जाते हैं वो अंदाजे आपको नहीं है इसके बाद जो अभी खबरें शुरू होंगी उनका अंदाजा भी आपको नहीं है खबरें भी शुरू करता हूँ एक बंदा है हमारे जफराबाद का पेशावर बोर्ड से भी लगती थी वहां पर कितने बंदे होते थे सर आपने भी पेशावर बोर्ड देखा है सर पेशावर बोर्ड नहीं है भाई जान वो खुद कह रहा है कि 200 बंदा बहुत मान लिया उसे ना ये रिकॉर्ड तुम्हारे पास मौजूद है ना मुझे देना जरा कि 200 बंदा रिफ्यूजल हुआ है जी वो 200 में 50 है सिफारशी
चार है मेरा, चार मेरे कमीशन में इसे चार लगा रही है, ये बाकी 46 किसके लगाए हैं इसका ये जवाब देगा, बिल्कुल देगा। ये कौन से पीओ है इसके 46 हो जो लगा रहा है, ये मेरे लगा रहा है चार और 50 तो मान रहा है, और ये कौन सा यहाँ का मुतखिर नुमाइंदा बैठा हुआ है कि 150 बंदा ये लगा रहा है और अब कुरान उठा रहा है कि मैंने पैसे नहीं दिए, तो फिर तुम कौन लगाने वाले 150 बंदे को, तुम कौन सी अथॉरिटी हो, तो सिफारिश करो या मैं करो, सिफारिश करते हो या मैं करते हो, पैसे नहीं दिए तुमने, नहीं दिए तुम्हारे बंदों ने, चले दिए तुमने दिए उन्होंने, तुम्हें झूठा कुरान उठाओ, कोई बंदा आप भी उठाएंगे कि आपने किसी लिस्ट जो आप ये क्यों उठाएंगे, इसने लगाई है, इसने लिस्ट दी थी वो आप भाई मेरे सिंपल कुरान है, एक बात जरा चाहिए मत दिखाओ, आप सिंपल कुरान उठाओ यहाँ पर कि आपने इन ड्यूटियों के ऊपर एक रुपया किसी से आज तक एक रुपया नहीं लिया, नहीं आपके नीचे वीडियो नहीं आपके नीचे हमने नहीं लिया है, नीचे रखो नीचे का क्या मुझे क्या रखो, हाथ रखो कि आज तक ना आपने ड्यूटी पे रुपया लिया है, नहीं ना आज तक आप कैमरे ने रुपया लिया है, ड्यूटी मैंने दी है जो मेरे हाथ से गई है, जितनी भी मैंने ड्यूटियां लगाई है चाहे आज लगाई है चाहे पिछले साल लगाई है चाहे मैट्रिक पे लगाई है, ये अल्लाह ताला की किताब है, मैं दिखा भी देता हूँ, आप ये समझे कि कोई किताब है, अल्हम्दुलिल्लाह एक रुपया तो बहुत बड़ी बात है, एक चवन्नी भी नहीं रही है, ये देख लें इसके साथ इसी बात है, ठीक है, मैं बिल्कुल अगर आप वीडियो बनाना चाहते हैं जिसको ये बड़ी बात सुनो, अब ये वीडियो तो लगा लो नेट पे और सब देखने वालों को बता दो कि यहाँ पर सारा अली खान कह रहे हैं, टीचर सब कह रहे हैं कि यहाँ पे पैसा चल रहा है, तो ये पैसा अगर चला भी है कम से कम पीटीआई गवर्नमेंट ने इनसे कुरान छुआ लिया है, बिल्कुल आप इनको कुरान मारेगा अगर उन्होंने दिए है, अदरवाइज इन्होंने नहीं लिए, मेरिट है और मेरे यहाँ सबूत ही है, कुरान उठा लिया इस बात पे कुरान मारेगा, या सारे टीचर मुतमईन हो रहे हैं इस बात पे, कोई पैसा नहीं है, कोई कोई करप्शन नहीं है, सारा कुछ मेरिट पे हुआ है। अली भाई सर, आप आज डेरा बोर्ड तशरीफ लाए, आपको ये शिकायत थी कि डेरा बोर्ड कंट्रोलर और चेयरमैन लोगों से पैसे ले रहे हैं, अभी आपकी मौजूदगी में जो मीडिया भी मौजूद है इस वक्त कंट्रोलर साहब ने कुरान पे हाथ रख दिए और उसके हमले भी कुरान पे हाथ रख दिए, चेयरमैन साहब भी मौजूद है, क्या इस पे आप मुतमईन है एक बंदा कुरान का नाम पाक पर हाथ रखे और कहते चार साल हो गए आज तक मैं निशान बोर्ड आया लेकिन न मेरा काम है इसमें, मुझे जब टीचर से शिकायत आई है आज कि जी यहाँ पे पैसा चल रहा है क्योंकि पैसों दिखती है, तो मैं यहाँ पे इसलिए आया हूँ कि मैंने फर्ज समझाया कि मैं लोगों को मैसेज दे दूँ यहाँ पे हो क्या रहा है, लेकिन मैं फिर भी ये बात कह रहा हूँ कि मैंने बहुत से पटवारी पकड़े हैं जिन पे लोगों ने कुरान पे हाथ रखा है और मैंने उन्हीं पटवारियों ने भी कुरान पे हाथ रखा है कि हमने नहीं लिया और लोगों ने भी रखा है कुरान पे हाथ, इन्होंने नहीं आया है, ये कुरान की प्रैक्टिस अल्लाह माफ करे, मैं इसे पहले भी देख चुका हूँ इस प्रैक्टिस के अंदर, जब एक पकड़ा जाता है चोर तो नवाज शरीफ भी कह रहा है कि मैं भी चोर नहीं हूँ, वो भी कुरान उठाने को तैयार हो जाएगा, लेकिन डी आई खान बोर्ड की परफॉर्मेंस चेयरमैन से नया है इनके बारे में कुछ नहीं आता, इसलिए पहले चेयरमैन था कि वह थॉरली करप्ट, नंबर बिकते हैं यहाँ पर, मुझे फुल कंप्लेंट है इसकी, मेरे सामने लोगों के रिजेक्ट में 50 नंबर पड़े हुए हैं, आप कल आरटीआई के तहत चले जाएं, आरटीआई हमारा कानून है, आप सारी लिस्ट करवा लें और आप चेक कर लें कि रीचेकिंग में कितने लोगों के कितने नंबर पड़े हैं, वो फिर उन लोगों की हैसियत भी देख लें, अगर वो अमीर लोग हैं तो समझ जाओ उन्होंने पैसा दिया रीचेकिंग में, अगर गरीब आदमी है तो समझ जाओ मेरिट है, एक भी गरीब आदमी नहीं है उनमें, 50 नंबर लोगों के बड़े हैं एफ एस सी में रीचेकिंग में, वो रीचेकिंग में नंबर कैसे भरते हैं आपको ही पता है कि पैसे नहीं जाते हैं, मैं बिल्कुल मुतमईन नहीं हूँ यहाँ पर इस चीज से, इन्होंने अल्लाह की किताब को उठा लिया है, अब मैं इनको कुछ कह नहीं सकता, अल्लाह इनको अब इसका अजाब भी देगा और अगर ये सच्चे हैं ये सुखरु होंगे तो कम अज कम पीटीआई की हुकूमत बाबे सुखरु है कि उसने इन लोगों से ये जो डी खान का हजारों टीचर ये गिला कर रहा था कि ड्यूटी में पैसे लिए जाते हैं, हम सुखरु हैं, हमने इन अल्लाह के ढाक अदा कर दिया है और इनसे हक उठवाया अल्लाह ताला की किताब के ऊपर कि इन्होंने पैसा नहीं लिया, बाकी इनका दीन इनका ईमान अल्लाह के हिसाब करने वाला है। चलो।